ਹਾਲੇ ਸਿਵਲ ਹਸਪਤਾਲ ਦੀ ਕੜੀ ਤਹਿਤ ਆਓ ਨਜ਼ਰ ਮਾਰਦੇ ਹਾਂ ਨਵਾਂ ਸ਼ਹਿਰ ਦੇ ਸਿਵਲ ਹਸਪਤਾਲ ਤੇ। ਨਵਾਂ ਸ਼ਹਿਰ ਦਾ ਇਹ ਸਿਵਲ ਹਸਪਤਾਲ ਜੋ ਕਿ ਕਰੋੜਾਂ ਰੁਪਇਆਂ ਦੀ ਲਾਗਤ ਦੇ ਨਾਲ ਤਿਆਰ ਹੋਇਆ ਸੀ, ਪਰ ਮੌਜੂਦਾ ਸਮੇਂ ਇਸ ਵਿੱਚ ਸਟਾਫ ਦੀ ਘਾਟ ਅਤੇ ਹੋਰਨਾਂ ਸਹੂਲਤਾਂ ਦੀ ਘਾਟ ਕਾਰਨ ਇੱਥੇ ਆਉਣ ਵਾਲੇ ਮਰੀਜ਼ਾਂ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਸਪਤਾਲ ਦੇ ਵਿੱਚ ਬੱਚਿਆਂ ਦੇ ਡਾਕਟਰ, ਚਮੜੀ ਦੇ ਰੋਗਾਂ ਦੇ ਡਾਕਟਰ, ਹੱਡੀਆਂ ਦੇ ਡਾਕਟਰ ਅਤੇ ਔਰਤਾਂ ਦੇ ਰੋਗਾਂ ਦੇ ਮਾਹਿਰ ਡਾਕਟਰਾਂ ਦੀਆਂ ਪੋਸਟਾਂ ਖਾਲੀ ਪਈਆਂ ਨੇ। ਉੱਥੇ ਹੀ ਕਲਾਸ 4 ਦੀਆਂ 38 ਸੀਟਾਂ ਦੇ ਵਿੱਚੋਂ ਸਿਰਫ 8 ਤੇ ਹੀ ਮੁਲਾਜ਼ਮ ਕੰਮ ਕਰ ਰਹੇ ਨੇ। ਇੰਨਾ ਹੀ ਨਹੀਂ, ਇਸ ਹਸਪਤਾਲ ਦੇ ਵਿੱਚ ਸਕੈਨ ਮਸ਼ੀਨ ਤਾਂ ਹੈ, ਪਰ ਸਕੈਨ ਕਰਨ ਦੇ ਲਈ ਰੈਗੂਲਰ ਡਾਕਟਰ ਕੋਈ ਨਹੀਂ। ਇਸ ਹਸਪਤਾਲ ਦੇ ਵਿੱਚ ਰੋਜ਼ਾਨਾ ਸੈਂਕੜਿਆਂ ਦੀ ਗਿਣਤੀ ਵਿੱਚ ਮਰੀਜ਼ ਅਤੇ ਉਹਨਾਂ ਦੇ ਰਿਸ਼ਤੇਦਾਰ ਆਉਂਦੇ ਨੇ, ਜਿਨ੍ਹਾਂ ਨੂੰ ਹਸਪਤਾਲ ਵਿੱਚ ਪੀਣ ਦੇ ਪਾਣੀ ਅਤੇ ਬਿਜਲੀ ਸੇਵਾਵਾਂ ਸੰਬੰਧੀ ਵੀ ਮੁਸ਼ਕਿਲਾਂ ਝੱਲਣੀਆਂ ਪੈਂਦੀਆਂ ਨੇ। ਇਸ ਸੰਬੰਧੀ ਜਦ ਹਸਪਤਾਲ ਵਿੱਚ ਆਏ ਮਰੀਜ਼ਾਂ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕੀ ਕਹਿਣਾ ਸੀ, ਆਓ ਸੁਣਦੇ ਹਾਂ। ਤੇ ਮਿਲ ਗਈ ਦਵਾਈ ਕਿ ਕੋਈ ਪ੍ਰੋਬਲਮ ਆਈ ਤੁਹਾਨੂੰ? ਆ ਕੋਈ ਨਹੀਂ, ਆ 3-4 ਹੋਈ ਗੋਲੀਆਂ ਦੇਤੀਆਂ। ਅੱਛਾ, ਹੋਰ ਕੋਈ ਨਹੀਂ ਪੁੱਛਦੇ, ਟੈਸਟ ਵਗੈਰਾ ਖਾ ਲਏ। ਦਵਾਈ ਲੈਣਾ ਸੀ ਅਜੇ ਤਾਂ ਜਨਾਬ, ਸਾਡੀ ਭਗਾਈ ਮੁਕਤ ਕਰਾਈਆਂ ਨੇ ਕੰਮ ਖਾਲ ਕਰ ਸਾਡਾ ਅਜੇ ਤਾਂ ਨਾ ਹਾਲ ਪੈਰ ਦੁਖੀ ਜਾਂਦੇ ਆ ਸਾਹਿਬ, ਜੇ ਤਾਂ ਬੁਰਾ ਹਾਲ ਹੈ। ਬਸ ਪਕਾਈ ਹੈ ਹੁਣ, ਉੱਧਰ ਕਹਿੰਦੇ ਕਢਾ ਕੇ ਲਿਆ ਕਾਗਜ਼ ਜੀ, ਹੁਣ ਦੱਸੇ ਕਾਹ ਨੀ, ਜਦ ਸਾਡਾ ਰਿਕਾਰਡ ਬਣਿਆ ਵਾ ਪਹਿਲੇ ਜੀ, ਇੱਥੇ ਕਾਗਜ਼ ਪੱਤਰ ਬਣੇ ਵੇ, ਹੁਣ ਉੱਧਰ ਭੇਜਤਾ ਸਾਨੂੰ। ਹਾਂ, ਦੂਜੇ ਹਸਪਤਾਲ ਆਖਰ ਸਾਡਾ ਰਿਕਾਰਡ ਤਾਂ ਪਿਆ ਹੀ ਹੈ ਨਾ ਪੁਰਾਣਾ, ਇੱਥੇ ਤਾਂ ਹੈ ਪਕਾਈ ਬਸ। ਭਾਅ ਜੀ, ਮੈਂ ਪਿੰਡ ਚਾਲ ਕਲਾਂ ਤੋਂ ਆਇਆ ਹਾਂ ਹੋਸਪਿਟਲ ਦੇ ਵਿੱਚ। ਭਾਅ ਜੀ ਦੇਖ ਲਓ, ਵਾਟਰ ਕੂਲਰ ਪਾਉਂਦੇ ਆ, ਪਾਣੀ ਪੀਣ ਆਏ ਸੀ। ਭਾਅ ਜੀ ਹੋਰ ਕਿੰਨੇ ਮਰੀਜ਼ ਆਉਂਦੇ ਆ, ਇੱਥੋਂ ਮੁੜ ਮੁੜ ਜਾਂਦੇ ਆ, ਪਾਣੀ ਨਹੀਂ ਮਿਲਦਾ ਰਾ ਇੱਥੇ। ਭਾਅ ਜੀ ਡਾਕਟਰ ਪੈਸੇ ਖਾਈ ਜਾਂਦੇ ਆ। ਲੋਕਾਂ ਦੀ ਰਾਏ ਜਾਣਨ ਤੋਂ ਬਾਅਦ ਜਦ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਹਰਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕੀ ਕਹਿਣਾ ਸੀ, ਆਓ ਸੁਣਦੇ ਹਾਂ। ਮੈਂ ਡਾਕਟਰ ਹਰਵਿੰਦਰ ਸਿੰਘ, SMO ਸਿਵਲ ਹਸਪਤਾਲ ਨਵਾਂ ਸ਼ਹਿਰ। ਹਸਪਤਾਲ ਨੂੰ ਸੁਚੱਜੇ ਢੰਗ ਨਾਲ ਆਪਣੇ ਵੱਲੋਂ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ, ਪਰ ਕੁਛ ਸਟਾਫ ਦੀ ਕਮੀ ਕੰਮ ਅਤੇ ਥੋੜ੍ਹੀ ਮੁਸ਼ਕਲ ਆ ਰਹੀ ਹੈ। ਜਿਹੜੇ ਸਪੈਸ਼ਲ ਡਾਕਟਰਾਂ ਦੀ ਘਾਟ ਹੈ, ਜਨਰਲ ਡਿਊਟੀ ਮੈਡੀਕਲ ਅਫਸਰਾਂ ਦੀ ਘਾਟ ਹੈ, ਜਿਵੇਂ ਕਿ ਗਾਇਨੇਕੋਲੋਜਿਸਟ 3 ਪੋਸਟਾਂ ਉਹਦੇ 'ਚੋਂ ਇੱਕ ਹੀ ਹੈ, ਬੱਚਿਆਂ ਦੇ ਮਾਰ ਡਾਕਟਰ 4 ਪੋਸਟਾਂ ਕੋਈ ਨਹੀਂ ਹੈ, ਚਮੜੀ ਰੋਗਾਂ ਦੇ ਮਾਰ ਕੋਈ ਨਹੀਂ ਹੈ, ਹੱਡੀਆਂ ਦੇ ਮਾਰ ਡਾਕਟਰ ਰੈਗੂਲਰ ਤੌਰ 'ਤੇ ਕੋਈ ਨਹੀਂ ਹੈ, ਇੱਦਾਂ ਹੋਰ ਵੀ ਸਪੈਸ਼ਲ ਡਾਕਟਰਾਂ ਦੀ ਘਾਟ ਹੈ। 10 ਪੋਸਟਾਂ GDMO ਦੀਆਂ ਹਨ, ਜਿਹਦੇ ਸਿਰਫ 4 ਪੋਸਟਾਂ ਹੀ ਹਨ, ਹੋਰ ਉਹਦੇ ਵਿੱਚ ਕਲਾਸ 4 ਅਤੇ ਹੋਰ ਉਹਨਾਂ ਵਿੱਚ 38 ਪੋਸਟਾਂ ਵਿੱਚ ਸਿਰਫ 8 ਹੀ ਹਨ। ਕਾਫੀ ਹਸਪਤਾਲ ਸੁਚੱਜੇ ਢੰਗ ਨਾਲ ਚਲਾਉਣ 'ਚ ਮੁਸ਼ਕਲ ਆਉਂਦੀ ਹੈ, ਪਰ ਮੈਂ ਆਪਣੇ ਸਟਾਫ ਦੇ ਨਾਲ ਲੈ ਕੇ ਪੂਰੀ ਕੋਸ਼ਿਸ਼ ਕਰ ਰਿਹਾ ਹਾਂ ਲੋਕਾਂ ਨੂੰ ਸਹੂਲਤਾਂ ਦਿੱਤੀਆਂ। ਬਹੁਤ ਵਾਰ ਲਿਖ ਕੇ ਦਿੱਤਾ ਜੀ, ਭੇਜਦੇ ਹਾਂ, ਹਰੇ ਵਾਰ ਭੇਜਦੇ ਹਾਂ, ਹੁਣ ਵੀ ਸਰਕਾਰ ਵੱਲੋਂ ਨਵੀਂ ਭਰਤੀ ਕੀਤੀ ਜਾ ਰਹੀ ਹੈ। ਆਸ ਆ ਕੇ ਸਾਡੇ ਕੋਲ ਗਾਇਨੇਕੋਲੋਜਿਸਟ ਅਤੇ ਬੱਚਿਆਂ ਦੇ ਮਾਰ ਡਾਕਟਰ ਜਲਦੀ ਆ ਜਾਣਗੇ। RO ਵਾਟਰ ਆਪਣੇ ਤੌਰ 'ਤੇ ਮੈਂ ਕਾਫੀ ਜਗ੍ਹਾ ਲਾਏ ਹਨ, ਨਵਾਂ ਵੀ RO ਵਾਟਰ ਲਾਏ ਹਨ, ਬਾਕੀ ਪੁਰਾਣੇ ਰਿਪੇਅਰ ਕਰਾਉਣੀ ਜਾ ਰਹੀ ਹੈ ਅਤੇ ਜਲਦੀ ਉਹ ਵੀ ਲਵਾ ਤੇ ਜਾਂਦੀ ਹੈ। ਪਾਣੀ ਦੀ ਸਮੱਸਿਆ ਕਾਫੀ ਤਾਂ ਨਹੀਂ ਆ ਰਹੀ, ਕਿਉਂਕਿ ਐਮਰਜੈਂਸੀ ਵਿੱਚ ਸਾਡਾ ਬਿਲਕੁਲ ਖਰਾਬ ਹੋ ਗਿਆ ਸੀ, ਨਵਾਂ ਪਿੱਛੇ ਜੇ ਲਾਇਆ ਹੈ, ਅਤੇ ਬਾਹਰ ਸਾਡੇ ਜਿੱਥੇ ਕਿ ਫ੍ਰੀ ਖਾਣੇ ਦੀ ਸੇਵਾ ਚੱਲਦੀ ਹੈ ਉੱਥੇ ਨਵਾਂ RO ਲਵਾਇਆ ਗਿਆ ਹੈ, ਅਤੇ ਬਾਕੀ ਵੀ ਸਮੱਸਿਆ ਸੋਲਵ ਕਰਤੀ ਜਲਦੀ ਕਰਤੀ ਜਾਂਦੀ। ਨਵਾਂ ਸ਼ਹਿਰ ਦੇ ਇਸ ਸਿਵਲ ਹਸਪਤਾਲ ਦਾ ਹਾਲ ਜਾਣਨ ਤੋਂ ਬਾਅਦ ਵੇਖਣ ਵਿੱਚ ਆਇਆ ਕਿ ਕਰੋੜਾਂ ਰੁਪਇਆਂ ਦੀ ਲਾਗਤ ਨਾਲ ਬਣਿਆ ਇਹ ਸਿਵਲ ਹਸਪਤਾਲ ਪੀਣ ਵਾਲੇ ਪਾਣੀ ਅਤੇ ਸਟਾਫ ਦੀ ਘਾਟ ਕਾਰਨ ਚਿੱਟਾ ਹਾਥੀ ਸਾਬਤ ਹੋ ਰਿਹਾ ਹੈ।